ਟੂਰਨਾਮੈਂਟ ਹੋ ਗਿਆ ਵਾ ਥੱਲੇ ਨੂੰ ਕਰਦਾ ਜਿਹਦੇ 'ਚ 25 ਟੀਮਾਂ ਓਪਨ ਦੀਆਂ ਅਤੇ 42 ਕਿਲੋ ਦੀਆਂ 40 ਟੀਮਾਂ 70 ਕਿਲੋ ਦੀਆਂ 20 ਟੀਮਾਂ ਬਹੁਤ ਦੂਰੋਂ ਦੂਰੋਂ ਖਿਡਾਰੀ ਆਏ ਆ ਇਨਾਮੀ ਖਿਡਾਰੀ ਆ ਹਰਿਆਣੇ 'ਚ ਵੀ ਆਏ ਅਤੇ ਟੂਰਨਾਮੈਂਟ ਬਹੁਤ ਜ਼ਿਆਦਾ ਇਕੱਠ ਆ ਲੋਕਾਂ 'ਚ ਬਹੁਤ ਉਤਸ਼ਾਹ ਵਾ ਅਤੇ ਇਸੇ ਤਰ੍ਹਾਂ ਹੀ ਹੁੰਦਾ ਰਹੂਗਾ ਹਰੇਕ ਸਾਲ। 66ਵਾਂ ਟੂਰਨਾਮੈਂਟ ਹੈ, ਇਸੇ ਤਰ੍ਹਾਂ ਟੂਰਨਾਮੈਂਟ ਹੋਊਗਾ, ਅੱਗੇ ਵੀ ਹੁੰਦਾ ਰਹਿੰਦਾ, ਅੱਗੇ ਵੀ ਕਰਾਇਆ ਸੀ, ਬਹੁਤ ਜ਼ਿਆਦਾ ਇਕੱਠ ਹੈ, ਬਹੁਤ ਜ਼ਿਆਦਾ ਇਕੱਠ ਹੈ ਭਾਰੀ, ਟੀਮਾਂ ਬਹੁਤ ਆਈਆਂ, 70 ਕਿਲੋ ਟੀਮਾਂ ਸੀ ਓਪਨ ਕੀ ਸਾਰੀ ਟੀਮਾਂ 70 ਟੀਮਾਂ ਸੀਗੀ, ਕੱਲ੍ਹ ਵੀ ਚੱਲਿਆ ਮੇਲਾ, ਅੱਜ ਵੀ ਚੱਲਿਆ, ਬਹੁਤ ਮਾੜਾ ਇਕੱਠ ਹੈ ਅਤੇ ਸਰਦਾਰ ਮਲਕੀਤ ਸਿੰਘ ਡਾਕਾ, ਮੇਜਰ ਸਿੰਘ ਭੈਣੀ, ਗੁਰਦੇਵ ਸਿੰਘ ਲਾਪਰਾ, ਸਾਰੇ ਬਹੁਤ ਵਾਰ ਸਰਪੰਚ ਪੰਚ ਸਭ ਆਏ ਹੋਏ ਆ, ਸਾਰੇ ਇਲਾਕੇ ਦੀ ਟੀਮ ਆਈ ਹੋਈ ਹੈ, ਕਾਂਗਰਸ ਦੀ ਸਾਰੇ ਪਿੰਡ ਵੱਲੋਂ ਕਿੰਨਾ ਸਹਿਯੋਗ ਮਿਲਦਾ ਤੁਹਾਨੂੰ? ਬਹੁਤ ਜ਼ਿਆਦਾ ਸਹਿਯੋਗ ਹੈ, ਸਾਰਾ ਪਿੰਡ ਨਾਲ ਹੈ, ਸਾਰਾ ਪਿੰਡ ਦਾ ਸਹਿਯੋਗ ਦਿੱਤਾ, ਸਾਰਾ ਪਿੰਡ ਨਾਲ ਹੈ। ਠੀਕ ਹੈ।